ਵਿਵਾਕ ਨੇ ਜਿਹੜੇ ਸਕੂਲੀ ਵਿਦਿਆਰਥੀ ਉਹ ਵਰਦੀਆਂ ਨੂੰ ਤਰਸ ਰਹੇ ਨੇ ਵਰਦੀਆਂ ਕਿਉਂ ਨਹੀਂ ਪਹੁੰਚੀਆਂ ਕਿਉਂਕਿ ਸਰਦੀਆਂ ਦਾ ਮੌਸਮ ਵੀ ਚੱਲ ਰਿਹਾ ਹੈ ਅੱਜ ਵੀ 60% ਦੇ ਜਿਹੜੇ ਸਕੂਲੀ ਵਿਦਿਆਰਥੀ ਨੇ ਉਹਨਾਂ ਨੂੰ ਹਜੇ ਤੱਕ ਵਰਦੀਆਂ ਨਹੀਂ ਮਿਲੀਆਂ ਦਸੰਬਰ ਖਤਮ ਹੋਣਾ ਲੈ ਜਨੂਅਰੀ ਫਰਵਰੀ ਪੂਰਾ ਸੈਸ਼ਨ ਹੀ ਲੰਘ ਗਿਆ ਔਰ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਨਵੀਂ ਗੱਲ ਨਹੀਂ ਕਿ ਆਮ ਆਦਮੀ ਪਾਰਟੀ ਦੇ ਵੇਲੇ ਹੀ ਹੋ ਰਿਹਾ ਹੈ ਪਿਛਲੀਆਂ ਸਰਕਾਰਾਂ ਦਾ ਵੀ ਬੇੜਾ ਕਰਕੇ ਇਸੇ ਕਰਕੇ ਰਿਹਾ ਨਾ ਉਹਨਾਂ ਨੇ ਟਾਈਮ 'ਚ ਐਸੀ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਨਾ ਬੱਚਿਆਂ ਨੂੰ ਯੂਨੀਫਾਰਮ ਦਿੱਤੀਆਂ ਵਿੱਦਿਕ ਢਾਂਚਾ ਉਹ ਬੜਾ ਸੁਧਾਰਨਾ ਸਵਾਦ ਸੁਧਾਰਨਾ ਹੈਗਾ ਤੁਸੀਂ ਉਹਦੇ ਵੱਲ ਧਿਆਨ ਨਹੀਂ ਦਿੰਦੇ ਸੁੱਕ ਤੁਹਾਡੇ ਨਿਆਣੇ ਉੱਤੇ ਨਹੀਂ ਪੜਦੇ ਅਪਸਰਾ ਦੇ ਨਿਆਣੇ ਉੱਤੇ ਨਹੀਂ ਪੜਦੇ ਈਵਨ ਕਿ ਜਿਹੜੇ ਸਰਕਾਰੀ ਸਕੂਲਾਂ 'ਚ ਜਿਹੜੇ ਟੀਚਰ ਪੜਾ ਰਹੇ ਉਹਨਾਂ ਦੇ ਨਿਆਣੇ ਵੀ ਇਹਨਾਂ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਤਿੰਨ ਮਹੀਨੇ ਬਾਕੀ ਹੁਣ ਨਿਆਣੇ ਨੇ ਸਕੂਲ ਜਾ ਕੇ ਕੀ ਕਰਨਾ ਫਾਲਤੂ ਦੋ ਵਾਰ ਯੂਨੀਫਾਰਮ ਦੇਣੀ ਚਾਹੀਦੀ ਹੈ ਗਿਆ ਗਰਮੀ ਵਾਲੀ ਸਰਦੀਆਂ ਵਾਲੀ ਕੋਈ ਚਾਹ ਨਹੀਂ ਹੈਗਾ ਕਿ ਅਸੀਂ ਜਾ ਕੇ ਕਾਨਵੈਂਟ ਸਕੂਲਾਂ ਜਾਂ ਮਾਡਲ ਸਕੂਲਾਂ ਚ ਬੜੀ ਰਲ ਮਿਲ ਕੇ ਸਰਕਾਰੀ ਸਕੂਲਾਂ ਦਾ ਬੇੜਾ ਝੜ ਕੇ ਕਰ ਦਿੱਤਾਗਾ ਪਹਿਲੀ ਤੋਂ ਲੈ ਕੇ 8ਵੀਂ ਤੱਕ ਜਿਹੜੇ ਬੱਚੇ ਐਸਸੀ ਕੈਟਾਗਰੀ ਜਾਂ ਬੀਸੀ ਕੈਟਾਗਰੀ ਦੇ ਨੇ ਲੜਕੇ ਉਹਨਾਂ ਨੂੰ ਹਲੇ ਤੱਕ ਯੂਨੀਫਾਰਮ ਨਹੀਂ ਮਿਲੀ ਅੱਜ ਫਿਰ 23 ਕਰੋੜ ਰੁਪਏ ਗਿਆ ਕਿੱਥੇ ਆਪ ਹਰਜੋਤ ਬੈਂਸ ਜਦੋਂ ਲਾਈਵ ਹੋ ਕੇ ਸਕੂਲਾਂ 'ਚ ਜਾਂਦੇ ਨੇ ਬਹੁਤ ਗੇੜੇ ਮਾਰੇ ਉਹਨਾਂ ਨੇ ਆਪਣੀ ਫੇਸਬੁੱਕ ਪ੍ਰੋਫਾਈਲ 'ਤੇ ਚੀਜ਼ਾਂ ਪਾਈਆਂ ਵੀ ਫੋਟੋਆਂ ਵੀ ਪਾਈਆਂ ਵੀਡੀਓ ਵੀ ਪਾਈਆਂ ਟੀਚਰ ਆਪਣੀਆਂ ਮੰਗਾਂ ਵਾਸਤੇ ਤੇ ਟੈਂਕੀਆਂ ਤੇ ਚੜ ਜਾਂਦੇ ਨੇ ਟੀਚਰ ਆਪਣੇ ਸਕੇਲ ਵਾਸਤੇ ਮੰਤਰੀਆਂ ਨੂੰ ਘੇਰ ਲੈਂਦੇ ਨੇ ਜਿਹੜੇ ਰੈਗੂਲਰ ਟੀਚਰ ਕਦੀ ਉਹਨਾਂ ਨੇ ਨਿਆਣਿਆਂ ਦੇ ਖਾਤਰ ਕਿਹਾਗਾ ਕਿ ਟਾਈਮ 'ਤੇ ਯੂਨੀਫਾਰਮ ਦੋ ਉਹ ਤਾਂ ਕਹਿੰਦੇ ਅਸੀਂ 8 ਵਜੇ ਚੱਲ ਕੇ 2 ਵਜੇ ਦੁਪਹਿਰ ਦੀ ਛੁੱਟੀ ਹੋ ਗਿਆ ਜੇ ਸਾਨੂੰ ਕੀ ਲੈਣਾ ਦੇਣਾ ਕਰ ਪਰ ਦੋ ਤਾਂ ਬੈਸੂਨ ਜਾਂ ਭਗਵੰਤ ਮਾਨ ਨੂੰ ਸੁਪਨਾ ਨਹੀਂ ਆਉਣਾ ਸੀ ਸਨ ਉਹਦੇ ਪੇਰੈਂਟ ਟੀਚਰ ਮੀਟਿੰਗ ਹੋਈ ਆ ਪੂਰੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਤਾਂ ਮਾਸਟਰ ਗੱਲ ਕਰ ਹੀ ਦਿੰਦਾ ਅਕਲ ਦੀ ਪ੍ਰੋਗਰਾਮ 16 ਅਤੇ 7 ਵਿੱਚ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਗੱਲ ਕਰਾਂਗੇ ਸਿੱਖਿਆ ਢਾਂਚੇ ਤੇ ਸਿੱਖਿਆ ਦੇ ਮੁੱਦੇ ਤੇ ਬੇਸ਼ੱਕ ਪੰਜਾਬ ਦੇ ਵਿੱਚ ਮੈਗਾ ਪੀਟੀਐਮ ਹੋ ਰਹੀਆਂ ਨੇ ਅਧਿਆਪਕਾਂ ਦੀਆਂ ਮਾਪਿਆਂ ਦੇ ਨਾਲ ਮਿਲਣੀਆਂ ਕਰਵਾਈਆਂ ਜਾ ਰਹੀਆਂ ਨੇ ਇਸ਼ਤਿਆਰ ਬਾਜ਼ੀ ਵੀ ਹੋਈ ਕੁਝ ਗੱਲਾਂ ਹੋਰ ਵੀ ਕੀਤੀਆਂ ਜਾ ਰਹੀਆਂ ਨੇ ਪਰ ਦੂਜੇ ਪਾਸੇ ਜਵਾਕ ਨੇ ਜਿਹੜੇ ਸਕੂਲੀ ਵਿਦਿਆਰਥੀ ਉਹ ਵਰਦੀਆਂ ਨੂੰ ਤਰਸ ਰਹੇ ਨੇ ਵਰਦੀਆਂ ਕਿਉਂ ਨਹੀਂ ਪਹੁੰਚੀਆਂ ਕਿਉਂਕਿ ਸਰਦੀਆਂ ਦਾ ਮੌਸਮ ਵੀ ਚੱਲ ਰਿਹਾ ਹੈ ਔਰ ਇਸ ਦੇ ਬਹਾਨੇ ਜਿਹੜੇ ਗਰਮ ਕੱਪੜੇ ਵੀ ਦਿੱਤੇ ਜਾਂਦੇ ਨੇ ਕਿਉਂਕਿ ਮੌਸਮ ਦੇ ਹਿਸਾਬ ਨਾਲ ਜਿਹੜੀ ਵਰਦੀ ਦਿੱਤੀ ਜਾਂਦੀ ਹੈ ਪਰ ਇਸੇ ਦੇ ਨਾਲ ਹੀ ਪੀਐਸਸੀਬੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੇ CBSE ਦਾ ਕੀ ਮਸਲਾ ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲ CBSE ਵੱਲ ਕਿਉਂ ਰੁਖ ਕਰ ਗਏ ਔਰ ਇਹ ਸਾਰੇ ਮਸੂਦਿਆਂ ਤੇ ਗੱਲ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਨੇ ਆ ਭੋਲਰ ਸਾਹਿਬ ਸਭ ਤੋਂ ਪਹਿਲਾਂ ਤਾਂ ਸਰਕਾਰ ਦਾ ਇੱਕ ਉਹ ਮੈਗਾ ਸ਼ੋ ਜਾਂ ਮੈਗਾ ਪੀਟੀਐਮ ਕਹੀਏ ਕਿ ਬੜਾ ਪ੍ਰਚਾਰਿਆ ਗਿਆ ਕਿ ਬੜਾ ਇਸ ਦੇ ਨਾਲ ਸੁਧਾਰ ਹੋਣਾ ਐਜੂਕੇਸ਼ਨ ਚ ਪਰ ਦੂਜੇ ਪਾਸੇ ਜਵਾਕ ਸਕੂਲਾਂ ਵਾਲੇ ਵਰਦੀਆਂ ਨੂੰ ਵੀ ਤਰਸ ਰਹੇ ਬਿਲਕੁਲ ਸੰਦੀਪ ਮੈਨੂੰ ਲੱਗਦਾ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਮੈਗਾ ਪੇਰੈਂਟਸ ਟੀਚਿੰਗ ਟੀਚਰ ਮੀਟਿੰਗ ਕੀਤੀ ਗਈ ਉਹ ਤੇ ਬਲੋੜਾ ਸੀ ਉਹ ਬਲੋੜਾ ਇੱਕ ਸ਼ੋਸ਼ਾ ਕਰ ਕਰ ਲੋ ਉਹਦੀ ਲੋੜ ਨਹੀਂ ਸੀ ਕੋਈ ਹਾਲਾਂਕਿ ਅਖਬਾਰਾਂ ਦੇ ਵਿੱਚ ਦੋ ਦਿਨ ਛਪਦਾ ਰਿਹਾ ਔਰ ਜਿਹੜੀਆਂ ਚੰਗੀਆਂ ਅਖਬਾਰਾਂ ਨੇ ਅੰਗਰੇਜ਼ੀ ਪੰਜਾਬੀ ਦੀਆਂ ਮੈਨੂੰ ਲੱਗਦਾ ਕਿ ਉਹਨਾਂ ਦਾ ਫਰੰਟ ਪੇਜ ਤੇ 5 ਤੋਂ 10 ਲੱਖ ਰੁਪਇਆ ਹੋਣਾ ਕੀਮਤ ਇੱਕ ਪੇਜ ਦੀ ਉਹਦੀ ਕੋਈ ਲੋੜ ਨਹੀਂ ਸੀ ਲੋੜ ਕਹਦੀ ਸੀ ਨਿਆਣਿਆਂ ਨੂੰ ਕਿਤਾਬਾਂ ਦੀ ਤੇ ਵਰਦੀਆਂ ਦੀ ਜਿਹੜੇ ਤੁਸੀਂ ਪ੍ਰੋਮਿਸ ਕੀਤਾਗਾ ਜਿਹੜਾ ਮੈਗਾ ਪੇਰੈਂਟ ਟੀਚਰ ਮੀਟਿੰਗ ਉਹ ਤੁਸੀਂ ਤੁਹਾਡਾ ਚੋਣ ਦਾ ਹਿੱਸਾ ਨਹੀਂ ਤੂੰ ਕੋਈ ਵਾਅਦਾ ਨਹੀਂ ਕੀਤਾ ਇਹ ਕਿ ਤੁਸੀਂ ਸ਼ੋਸ਼ਾ ਕਰਤਾ ਕਰਤਾ ਠੀਕ ਹੈ ਲੇਕਿਨ ਤੁਹਾਨੂੰ ਲੋੜ ਕਿਸ ਚੀਜ਼ ਦੀ ਆ ਬਲੋੜੀਆਂ ਚੀਜ਼ਾਂ ਦੀਆਂ ਕਿ ਜਿਹੜੀ ਲੋੜ ਬੰਦ ਆ ਲੋੜ ਬੰਦ ਕੀ ਤੁਸੀਂ 23 ਕਰੋੜ ਰੁਪਏ ਬਜਟ ਦੇ ਵਿੱਚ ਰੱਖਿਆ ਹੈਗਾ ਹੁਣ ਹਰਪਾਲ ਸਿੰਘ ਚੀਮਾ ਸਾਹਿਬ ਦੱਸਣਗੇ ਉਹ 23 ਕਰੋੜ ਰੁਪਏ ਕਿੱਥੇ ਖਰਚਾ ਅੱਜ ਵੀ 60% ਜਿਹੜੇ ਸਕੂਲੀ ਵਿਦਿਆਰਥੀ ਨੇ ਉਹਨਾਂ ਨੂੰ ਹਜੇ ਤੱਕ ਵਰਦੀਆਂ ਨਹੀਂ ਮਿਲੀਆਂ 1 ਅਪ੍ਰੈਲ ਤੋਂ ਵਿਦਿਅਕ ਵਾਰਾ ਸ਼ੁਰੂ ਹੋ ਜਾਂਦਾ ਮਤਲਬ 31 ਮਾਰਚ ਨੂੰ ਰਿਜ਼ਲਟ ਆ ਜਾਂਦਾ ਇੱਕ ਅਪ੍ਰੈਲ ਤੋਂ ਕਲਾਸਾਂ ਸ਼ੁਰੂ ਹੋ ਜਾਂਦੀਆਂ ਨੇ ਦਸੰਬਰ ਖਤਮ ਹੋਣ ਵਾਲਾ ਜਨਵਰੀ ਫਰਵਰੀ ਮਾਰਚ ਦੇ ਵਿੱਚ ਪੇਪਰ ਨੇ ਮਤਲਬ ਪੂਰਾ ਸੈਸ਼ਨ ਹੀ ਲੰਘ ਗਿਆ ਔਰ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਨਵੀਂ ਗੱਲ ਇਹ ਕਿ ਆਮ ਆਦਮੀ ਪਾਰਟੀ ਦੇ ਵੇਲੇ ਹੀ ਹੋ ਰਿਹਾ ਪਿਛਲੀਆਂ ਸਰਕਾਰਾਂ ਦਾ ਵੀ ਬੇੜਾ ਕਰਕੇ ਇਸੇ ਕਰਕੇ ਰਿਹਾ ਨਾ ਉਹਨਾਂ ਨੇ ਟਾਈਮ ਨਾਲ ਐਸੀ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਨਾ ਬੱਚਿਆਂ ਨੂੰ ਯੂਨੀਫਾਰਮ ਦਿੱਤੀਆਂ ਫਿਰ ਤੁਸੀਂ ਕਹਿੰਦੇ ਕਿ ਨਹੀਂ ਅਸੀਂ ਜਿਹੜਾ ਵਿਦਿਅਕ ਢਾਂਚਾ ਉਹ ਬੜਾ ਸੁਧਾਰਨਾ ਸਵਾਸ ਸੁਧਾਰਨਾ ਹੈਗਾ ਤੁਸੀਂ ਉਸ ਦੇ ਵੱਲ ਧਿਆਨ ਨਹੀਂ ਦਿੰਦੇ ਕਿਉਂਕਿ ਤੁਹਾਡੇ ਨਿਆਣੇ ਉੱਥੇ ਨਹੀਂ ਪੜਦੇ ਅਫਸਰਾਂ ਦੇ ਨਿਆਣੇ ਉੱਥੇ ਨਹੀਂ ਪੜਦੇ ਈਵਨ ਕਿ ਜਿਹੜੇ ਸਰਕਾਰੀ ਸਕੂਲਾਂ 'ਚ ਜਿਹੜੇ ਟੀਚਰ ਪੜ੍ਹਾ ਰਹੇ ਉਹਨਾਂ ਦੇ ਨ ਜੇ ਇਹਨਾਂ ਦੇ ਸਾਰਿਆਂ ਦੇ ਧੀਆਂ ਪੁੱਤ ਸਰਕਾਰੀ ਸਕੂਲਾਂ 'ਚ ਪੜ੍ਹਨੇ ਤੇ ਸਾਰਿਆਂ ਨੂੰ ਧਿਆਨ ਆ ਜਾਏ ਠੀਕ ਹੈ ਉਹ ਇਹਨਾਂ ਨੇ ਕਰਨਾ ਨਹੀਂ ਆ ਉਹ ਬੇੜਾਗਰ ਕਰ ਦਿੱਤਾ ਹਿੰਦੁਸਤਾਨ ਦੇ ਵਿੱਚ ਐਜੂਕੇਸ਼ਨ ਦਾ ਤੇ ਹੈਲਥ ਦਾ ਹੁਣ ਰਹੀ ਗੱਲ ਹੈ ਕਿ ਤਿੰਨ ਮਹੀਨੇ ਬਾਕੀ ਹੁਣ ਨਿਆਣੇ ਨੇ ਸਕੂਲ ਜਾ ਕੇ ਕੀ ਕਰਨਾ ਪੜ੍ਹਾਈ ਇਗਜ਼ਾਮ ਨੇ ਤਿਆਰੀ ਕਰ ਰਹੇ ਨੇ ਬੱਚੇ ਔਰ ਤੁਸੀਂ ਦਿੱਤੀ ਨੀ ਯੂਨੀਫਾਰਮ ਹਾਲਾਂਕਿ ਹੁਣੀ ਚਾਹੀਦੀ ਕਿ 2 ਸਾਲ ਚ ਦੋ ਵਾਰ ਯੂਨੀਫਾਰਮ ਦੇਣੀ ਚਾਹੀਦੀ ਹੈ ਗਿਆ ਗਰਮੀ ਵਾਲੀ ਸਰਦੀਆਂ ਵਾਲੀ ਹੁਣ ਦੇਖੋ ਜਿਹੜੇ ਹੁਣ ਬੱਚਿਆਂ ਨੇ ਮੁੱਲ ਲਈ ਉਹਨੇ ਮਾਪਿਆਂ ਦੇ ਸਾਰੇ ਤੇ ਚੰਗੇ ਪੂਜੇ ਰੱਜੇ ਪੂਜੇ ਪਰਿਵਾਰਾਂ ਦੇ ਹੁੰਦੇ ਨਹੀਂ ਗਰੀਬ ਰੱਜੇ ਪੂਜੇ ਪਰਿਵਾਰਾਂ ਦੇ ਉੱਥੇ ਪੜ੍ਹਦੇ ਨੇ ਜਿੱਥੇ ਤਿੰਨ ਤਿੰਨ ਚਾਰ ਚਾਰ 5000 6000 ਰੁਪਿਆ ਫੀਸ ਹੈ ਕਿਉਂਕਿ ਉੱਥੇ ਵੀ ਮਜਬੂਰੀ ਵਾਸਤੇ ਜਾਣਾ ਪੈ ਰਿਹਾ ਮਾਪਿਆਂ ਨੂੰ ਉਰ ਕੋਈ ਚਾਹ ਨਹੀਂ ਹੈਗਾ ਕਿ ਅਸੀਂ ਜਾ ਕੇ ਕਨਵਰਟ ਸਕੂਲਾਂ ਜਾਂ ਮਾਡਲ ਸਕੂਲਾਂ ਚ ਪੜੀਏ ਕਿਉਂਕਿ ਤੁਸੀਂ ਜਾਣ ਬੋਚ ਕੇ ਰਲ ਮੁਲਕ ਰਲ ਮਿਲ ਕੇ ਸਰਕਾਰੀ ਸਕੂਲਾਂ ਦਾ ਬੇੜਾ ਘਰ ਕੇ ਕਰ ਦਿੱਤਾ ਹੈਗਾ ਚਾਹੇ ਦਿਹਾੜੀਦਾਰ ਆ ਚਾਹੇ ਪਿੰਡ ਦਾ ਸਰਪੰਚਾ ਚਾਹੇ ਪਿੰਡ ਦਾ ਚਪੜਾਸੀ ਆ ਚਾਹੇ ਪਿੰਡ ਦਾ ਨੌਂਕਰ ਜਾਂ ਨੌਂਕਰਦਾਰ ਆ ਉਹ ਕੀ ਚਾਹੁੰਦਾ ਕਿ ਮੇਰਾ ਧੀ ਪੁੱਤ ਵੀ ਅੰਗਰੇਜ਼ੀ ਸਕੂਲ ਚ ਪੜਨਾ ਚਾਹੀਦਾ ਹੈ ਕਿਉਂਕਿ ਅਸੀਂ ਹੁਆ ਹੀ ਇੱਡਾ ਤੜਾ ਕਰੀਏਟ ਕਰ ਦਿੱਤਾ ਹੈਗਾ ਤੇ ਹੁਣ ਜਿਹੜੇ ਪ੍ਰੀ ਨਰਸਰੀ ਆਰੇ ਬੱਚਿਆਂ ਨੂੰ ਹਜੇ ਤੱਕ ਯੂਨੀਫਾਰਮ ਨਹੀਂ ਮਿਲੀ ਠੀਕ ਹੈ ਫਿਰ ਪਹਿਲੀ ਤੋਂ ਲੈ ਕੇ 8ਵੀਂ ਤੱਕ ਜਿਹੜੇ ਬੱਚੇ ਐਸ்சி ਕੈਟਾਗਰੀ ਜਾਂ ਬੀਸੀ ਕੈਟਾਗਰੀ ਦੇ ਨੇ ਲੜਕੇ ਉਹਨਾਂ ਨੂੰ ਹਲੇ ਤੱਕ ਯੂਨੀਫਾਰਮ ਨਹੀਂ ਮਿਲੀ ਤੇ ਫਿਰ ਤੁਸੀਂ 23 ਕਰੋੜ ਰੁਪਏ ਗਿਆ ਕਿੱਥੇ ਆ ਮਨ ਲੋ ਆਪਾਂ ਕਹਿੰਦੇ 40% ਦੀ ਤੁਸੀਂ ਦੇ ਤਾਉਗਾ 60% ਦੀ ਬੱਚੇ ਮਤਲਬ ਬਿਨਾਂ ਸਾਲੀ ਸਰਕਾਰੀ ਯੂਨੀਫਾਰਮ ਉਹ ਪੈਸਾ ਕਿੱਥੇ ਗਿਆ ਉਸ ਹਿਸਾਬ ਤੇ ਪੰਜਾਬ ਦੀ ਜਨਤਾ ਨੂੰ ਦੇਣਾ ਚਾਹੀਦਾ ਹਰਪਾਲ ਸਿੰਘ ਚੀਮਾ ਨੂੰ ਦੇਣਾ ਚਾਹੀਦਾ ਹਰਜੋਤ ਸਿੰਘ ਬੈਸ ਨੂੰ ਦੇਣਾ ਚਾਹੀਦਾ ਕਿ ਤੁਸੀਂ ਜੇ 60% ਦੀ ਪੈਸਾ ਖਰਚਿਆ ਨਹੀਂ ਉਹ ਕਿੱਥੇ ਆ ਉਹਦੇ ਹਿਸਾਬ ਤੱਕ ਤੁਸੀਂ ਦੋ ਨਾ ਕੀ ਉਹ ਡਿਵਰਟ ਕੀਤਾ ਗਿਆ ਜਾਂ ਤੁਹਾਡੇ ਖਾਤਿਆਂ ਦੇ ਵਿੱਚ ਜਮਾ ਜੇ ਜਮਾ ਤਦ ਵੀ ਦੱਸੋ ਜੇ ਨਹੀਂ ਤੁਸੀਂ ਡਿਵਰਟ ਕੀਤਾ ਤਦ ਵੀ ਦੱਸੋ ਕਿ ਤੁਸੀਂ ਗਰੀਬ ਗਰੀਬਾਂ ਦੇ ਬੱਚਿਆਂ ਦੇ ਪੈਸੇ ਕਿਵੇਂ ਖਾ ਸਕਦੇ ਹੋ ਬਚਾ ਕਿਵੇਂ ਸਕਦੇ ਤੁਸੀਂ ਕੀ ਘਰ ਲੈ ਕੇ ਜਾਣੇ ਜਾਂ ਨਾਲ ਲੈ ਕੇ ਜਾਣੇ ਹੈਗੇ ਜੋ ਤੁਸੀਂ 23 ਕਰੋੜ ਰੁਪਏ ਦਾ ਬਜਟ ਦੇ ਵਿੱਚ ਉਦੋਂ ਅਨਾਉਂਸਮੈਂਟ ਕੀਤੀ ਹੈਗੀ ਉਹ ਤੁਸੀਂ ਪੂਰੀ ਕਿਉਂ ਨਹੀਂ ਕੀਤੀ ਹੈਗੀ ਉਹ ਇੱਕ ਸਭ ਤੋਂ ਵੱਡਾ ਸਵਾਲ ਹੈ ਹੁਣ ਡੈਮੋਕ੍ਰੈਟਿਕ ਜਿਹੜਾ ਟੀਚਰ ਫਰੰਟ ਆ ਉਹਨਾਂ ਨੇ ਮੁੱਦਾ ਚੁੱਕਿਆ ਕਿ ਦੇਖੋ ਕਿੰਨੀ ਹੈਰਾਨੀ ਵਾਲੀ ਗੱਲ ਹੈ ਸੈਸ਼ਨ ਕੰਪਲੀਟ ਹੋ ਚੁੱਕਿਆ ਵਿਧਕਵ라 ਅਗਲੇ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਹਈ ਹਾਲੇ ਤੱਕ ਜਿਹੜੇ ਸਕੂਲੀ ਬੱਚੇ ਨੇ ਉਹਨਾਂ ਨੂੰ ਅਸੀਂ ਅਜੇ ਤੱਕ 유ਨੀਫਾਰਮ ਨਹੀਂ ਦੇ ਸਕੇ ਕੀ ਮੰਤਰੀ ਹਰਜੋਤ ਬੈਂਸ ਜਦੋਂ ਲਾਈਵ ਹੋ ਕੇ ਸਕੂਲਾਂ 'ਚ ਜਾਂਦੇ ਨੇ ਬਹੁਤ ਗੇੜੇ ਮਾਰੇ ਉਹਨਾਂ ਨੇ ਆਪਣੀ ਫੇਸਬੁੱਕ ਪ੍ਰੋਫਾਈਲ ਤੇ ਚੀਜ਼ਾਂ ਪਾਈਆਂ ਵੀ ਫੋਟੋਆਂ ਵੀ ਪਾਈਆਂ ਵੀਡੀਓ ਵੀ ਪਾਈਆਂ ਹੋ ਸਕਦਾ ਉਹਨੂੰ ਨਜ਼ਰ ਆਇਆ ਹੋਵੇ ਕਿ ਬੱਚੇ ਤਾਂ ਵਰਦੀ ਪਾਕ ਹੀ ਸਾਰੇ ਆਉਂਦੇ ਆ ਕੀ ਲੋੜ ਐਸ ਸਾਲ ਜੇ ਨਹੀਂ ਵੀ ਦਿੱਤੀ ਤਾਂ ਪੁਰਾਣੀ ਵਰਦੀ ਨਾਲ ਕੰਮ ਚੱਲ ਜਾਏਗਾ ਮੈਨੂੰ ਲੱਗਦਾ ਕਿ ਹਰਜੋਤ ਸਿੰਘ ਬੈਂਸ ਦਾ ਸਵਾਲ ਜਾਂ ਭਗਵੰਤ ਮਾਨ ਸਾਹਿਬ ਦਾ ਸਵਾਲ ਅਸਲ 'ਚ ਜਿਹੜੇ ਟੀਚਰ ਨੇ ਟੀਚਰ ਆਪਣੀਆਂ ਮੰਗਾਂ ਵਾਸਤੇ ਤੇ ਟੈਂਕੀਆਂ ਤੇ ਚੜ ਜਾਂਦੇ ਨੇ ਟੀਚਰ ਆਪਣੇ ਸਕੇਲ ਵਾਸਤੇ ਮੰਤਰੀਆਂ ਨੂੰ ਘੇਰ ਲੈਂਦੇ ਨੇ ਜਿਹੜੇ ਰੈਗੂਲਰ ਟੀਚਰ ਜਿਹੜੇ ਬੇਰੋਜ਼ਗਾਰ ਟੀਚਰ ਜਾਂ ਕੱਚੇ ਟੀਚਰ ਆਪਾਂ ਉਹਨਾਂ ਦੀ ਨਹੀਂ ਗੱਲ ਕਰਦੇ ਜਿਨ੍ਹਾਂ ਦੀ ਮੁੱਢਲੀ ਫਰਜ਼ ਕਦੀ ਉਹਨਾਂ ਨੇ ਨਿਆਂਇਆ ਦੇ ਖਾਤਰ ਕਿਹਾਗਾ ਕਿ ਟਾਈਮ ਤੇ ਯੂਨੀਫਾਰਮ ਦੋ ਕਦੀ ਉਹਨਾਂ ਨੇ ਕਿਹਾ ਗਏ ਸਰਕਾਰ ਨੂੰ ਕਿ ਨਿਆਂਇਣੇ ਨੂੰ ਟਾਈਮ ਤੇ ਕਿਤਾਬਾਂ ਦੋ ਨਹੀਂ ਕਿਉਂਕਿ ਜਦ ਉਹਨਾਂ ਨੂੰ ਹੈ ਨਹੀਂ ਉਹਨਾਂ ਨੂੰ ਤੇ ਲੋੜ ਨਹੀਂ ਆ ਉਹ ਤਾਂ ਕਹਿੰਦੇ ਅਸੀਂ 8 ਵਜੇ ਚੱਲ ਗਏ 2 ਵਜੇ ਦੁਪਹਿਰ ਦੀ ਛੁੱਟੀ ਹੋ ਗਿਆ ਜੇ ਸਾਨੂੰ ਕੀ ਲੈਣਾ ਦੇਣਾ ਹੈ ਹਰਜੋਤ ਬੈਸੂ ਨੂੰ ਜਾਂ ਭਗਵੰਤ ਮਾਨ ਨੂੰ ਸੁਪਨਾ ਨਹੀਂ ਆਉਣਾ ਸੀ ਠੀਕ ਹੈ ਚੰਗੇ ਹੁੰਦੇ ਜਿਹੜੇ ਮਾਸਟਰ ਨੇ ਜਿੱਦਨ ਉਹਦਰ ਪੇਰੈਂਟ ਟੀਚਰ ਮੀਟਿੰਗ ਹੋਈ ਆ ਪੂਰੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਤਾਂ ਮਾਸਟਰ ਗੱਲ ਕਰ ਹੀ ਦਿੰਦਾ ਅਕਲ ਦੀ ਕਿ ਸਰ ਇਹ ਤਾਂ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਮਾਪਿਆਂ ਦੀਆਂ ਸ਼ਕਲਾਂ ਵੇਖ ਲੀਆਂ ਨੇ ਤੇ ਆ ਜਿਹੜੇ ਨਿਆਣੇ ਨੇ ਇੱਕ ਦੂਜੇ ਦੀਆਂ ਮੰਗ ਕੇ ਵਰਦੀਆਂ ਆਉਂਦੇ ਨੇ ਕੋਈ ਵੱਡਾ ਭਰਾ ਪਹਿਲਾਂ ਪੜ੍ਹ ਦਿੰਦਾ ਉਨ 9ਵੀਂ ਚ ਹੋ ਗਿਆ ਹੋਗਾ ਉਹਨੇ ਆਪਣੇ ਭਰਾ ਨੂੰ ਰਠਵੀ ਵਾਲੀ ਦੇ ਦਿੱਤੀ ਰਠਵੀ ਵਾਲੇ ਨੇ 7ਵੀਂ 7ਵੀਂ ਵਾਲੇ ਨੇ 6ਵੀਂ ਵਾਲੇ ਨੂੰ ਦੇ ਦਿੱਤੀ ਘਰ ਚ ਦੋ ਦੋ ਤਿੰਨ ਤਿੰਨ ਨਿਆਣੇ ਤੇ ਹੈ ਹੀ ਆ ਪਰ ਕਿਸੇ ਟੀਚਰ ਦੀ ਇੰਨੀ ਨਹੀਂ ਹੋਏਗੀ ਕਿਉਂਕਿ ਟੀਚਰ ਨੂੰ ਪਤਾ ਹੈ ਉਹਨੂੰ ਲੋੜ ਨਹੀਂ ਨਾ ਹੈਗੀ ਉਹਦੇ ਨਿਆਣੇ ਜਿਹੜੇ ਸਰਕਾਰੀ ਸਕੂਲ ਦਾ ਨਿਆਣੇ ਟੀਚਰ ਉਹਦੇ ਬੱਚੇ ਤਾਂ ਹੋਰ ਕਿਤੇ ਪੜਦੇ ਹੋਣਗੇ ਕਾਨਵੈਂਟ ਸਕੂਲ ਚ ਜਾਂ ਜਿਹੜੇ ਸਰਕਾਰੀ ਸਕੂਲ ਦੇ ਟੀਚਰ ਕੀ ਕਰਦੇ ਹੋਣਗੇ ਆਪਣੇ ਬੱਚਿਆਂ ਦੀ ਐਡਮਿਸ਼ਨ ਇੱਥੇ ਕਰਾਈ ਹੁੰਦੀ ਆ 10ਵੀਂ 11ਵੀਂ 12ਵੀਂ ਵਾਸਤੇ ਠੀਕ ਆ ਪੜਦੇ ਕਿਤੇ ਹੋਰ ਸ਼ਹਿਰ ਦੇ ਵਿੱਚ ਹੁੰਦੇ ਮਹਿੰਗੇ ਜਿਹੜਾ ਕਿ ਮੈਰਿਟ ਦੇ ਇੱ ਹਿਰਾ ਫੇਰੀਆਂ ਆਉਂਦੀਆਂ ਪਰ ਹਰਜੋਤ ਬੈਸ ਨੂੰ ਵੀ ਤੇ ਚਾਹੀਦਾ ਸੀ ਭਗਵੰਤ ਮਾਨ ਸਾਹਿਬ ਨੂੰ ਵੀ ਚਾਹੀਦਾ ਉਹ ਦਿਨ ਕਹਿ ਰਹੇ ਕਿ ਤੁਸੀਂ ਕੀ ਬੰਨਾ ਹੈਗਾ ਹੈ ਨਾ ਤੇ ਤੁਸੀਂ ਉਹ ਹੋਰ ਕੀ 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 ਸੋਚਿਆ ਹੈਗਾ ਮੈਨੂੰ ਇਹ ਚੰਗਾ ਲੱਗਦਾ ਕਿ ਹਰਜੋਤ ਸਿੰਘ ਬੈਂਸ ਜਾਂ ਮਨੀਸ਼ ਸੋਧਿਆ ਸਾਹਿਬ ਜਾਂ ਭਗਵੰਤ ਮਾਨ ਸਾਹਿਬ ਕਿ ਜਿਹੜੇ ਅਸੀਂ ਤੁਹਾਨੂੰ ਵਰਤਦੀਆਂ ਦੇਣੀਆਂ ਮਿਲੀਆਂ ਕਿ ਨਹੀਂ ਮਿਲੀਆਂ ਇਹ ਪੁੱਛ ਲੈਂਦੇ ਤੁਹਾਨੂੰ ਕਿਤਾਬਾਂ ਟਾਈਮ ਤੇ ਮਿਲਦੇ ਕਿ ਨਹੀਂ ਮਿਲੀਆਂ ਇਹ ਪੁੱਛ ਲੈਂਦੇ ਤੁਹਾਡੇ ਸਕੂਲ ਦੇ ਵਿੱਚ ਟੀਚਰ ਪੂਰੇ ਹੈ ਕਿ ਨਹੀਂ ਪੂਰੇ ਉਹ ਪੁੱਛ ਲੈਂਦੇ ਉਹ ਤੇ ਪੁੱਛੇ ਨਹੀਂ ਫੋਟੋਆਂ ਆਪਾਂ ਸੋਹਣੀਆਂ ਖਿਚਾਲੀਆਂ ਵਾਇਰਲ ਵੀ ਕਰਤੀਆਂ ਰੀਲਾਂ ਵੀ ਬਣ ਗਿਆ ਉਹਦੇ ਨਾਲ ਜੇ ਫੋਟੋਆਂ ਖਚਾਉਂਦੇ ਨਾਲ ਰੀਲਾਂ ਬਣਾਉਂਦੇ ਨਾਲ ਤੇ ਮੈਗਾ ਪੇਰੈਂਟਸ ਟੀਚਰ ਮੀਟਿੰਗ ਕਰਾਉਂਦੇ ਨਾਲ ਅਗਰ ਪੰਜਾਬ ਦੀ ਸਿੱਖਿਆ ਦੀ ਤਕਦੀਰ ਬਦਲ ਜਾਂਦੀ ਹੈ ਤੇ ਅਸੀਂ ਵੀ ਕਹਾਂਗੇ ਕਿ ਸਹੀ ਜੋ ਗੱਲਾਂ ਕੀਤੀਆਂ ਝੂਠੀਆਂ ਇਹ ਸੱਚੇ ਹੈਗੇ ਨੇ ਪਰ ਇਹ ਫੋਟੋਆਂ ਖਚਾਉਂਦੇ ਨਾਲ ਰੀਲਾਂ ਬਣਾਉਣ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੀ ਸਿੱਖਿਆ ਦੀ ਜਿਹੜੀ ਤਕਦੀਰ ਬਦਲ ਜੇਗੀ ਇੱਕ ਮਸਲਾ ਸਿੱਖਿਆ ਨਾਲ ਹੋਰ ਜੁੜਿਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਬਹੁਤ ਉਮੀਦਾਂ ਰੱਖਦੇ ਕਿ ਸਰਕਾਰੀ ਢਾਂਚਾ ਸਕੂਲਾਂ ਦਾ ਜਿਹੜੇ ਸਹੀ ਕਰਨਾ ਹੈ ਉਸ ਦੇ ਨਾਲ ਬਹੁਤ ਵੱਡੀਆ ਭੂਮਿਕਾ ਨਿਭਾਉਂਦਾ ਪਰ ਪ੍ਰਾਈਵੇਟ ਨਿੱਜੀ ਸਕੂਲ ਜਿਹੜੇ ਖੰਭਾ ਵਾਂਗੂਗੇ ਪੰਜਾਬ ਦੇ ਵਿੱਚ ਵੀ ਤਰ੍ਹਾਂ ਤਰ੍ਹਾਂ ਦੇ ਉਹ ਹੁਣ CBSE ਵਾਲੇ ਪਾਸੇ ਰੁਖ ਕਰਨ ਲੱਗੇ ਨੇ ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਮੁੱਖ ਮੋੜਨ ਲੱਗੇ ਨੇ ਇਸ ਦੇ ਵਜ੍ਹਾ ਕੀ ਹੋ ਸਕਦੀ ਹੈ ਬਿਲਕੁਲ ਇਹ ਹੋਣਾ ਕਿ ਐਦਾਂ ਦਾ ਸਿਸਟਮ ਬਣ ਚੁੱਕਾ ਹੈਗਾ ਕਿ ਜਿਹੜੇ CBSE ਬੋਰਡ ਤੋਂ ਨਿਆਣੇ ਜਿਹੜੇ ਪਾਸ ਹੁੰਦੇ ਨਾ ਉਹ ਬੜੇ ਇੰਟੈਲੀਜੈਂਟ ਨੇ ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਪੜਨਗੇ ਉਹ ਨਲਾਇਕ ਬੱਚੇ ਨੇ ਹਾਲਾਂਕਿ ਜਿਹੜੇ ਸੀਬੀਐਸਸੀ ਜਦੋਂ ਮਾਰਕਿੰਗ ਦਿੰਦੀ ਹੈ 10ਵੀਂ 12ਵੀਂ ਦੇ ਵਿੱਚ ਉਹ ਬੜੇ ਖੁੱਲੇ ਨੰਬਰ ਦਿੰਦੇ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਲੇ ਬੜੇ ਟਾਈਟ ਨੰਬਰ ਦਿੰਦੇ ਨੇ ਜਿਹੜੇ ਬੱਚੇ ਨੂੰ 100 ਨੰਬਰ ਮਿਲਣਾ ਚਾਹੀਦਾ ਉਹਨੂੰ ਇਹ 70 ਦਿੰਦੇ ਨੇ CBSE ਦੇ ਵਿੱਚ ਉਲਟਾ ਵਾ ਜਿਹਨੂੰ 70 ਮਿਲਨੇ ਚਾਹੀਦੇ ਉਹਨੂੰ 90 ਮਿਲ ਜਾਂਦੇ ਆਗੇ ਨੇ ਪਰ ਕਿਉਂਕਿ ਸਰਕਾਰਾਂ ਦੀ ਨਲਕੀ ਆ ਨਕਾਮੀ ਔਰ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਬੜੀਆਂ ਐਜੂਕੇਸ਼ਨ ਲੈ ਕੇ ਬੜੀਆਂ ਖੋਟੀਆਂ ਨੇ ਕਿਉਂਕਿ ਉਹਨਾਂ ਦੇ ਵੀ ਆਪ ਬਿਜ਼ਨਸ ਸੰਝੇ ਨੇ ਬਹੁਤ ਸਾਰੇ ਪੋਲਿਟਿਸ਼ਨ ਹੋਣਗੇ ਜਿਨ੍ਹਾਂ ਦੇ ਆਪਣੇ ਸਕੂਲ ਹੋਣਗੇ ਚੰਡੀਗੜ੍ਹ ਦੇ ਇੱਕ ਸਕੂਲ ਆ ਉਹਦੇ ਚ ਸਾਰੇ ਕਈ ਮੰਤਰੀਆਂ ਦੇ MPs ਦੇ ਹਿੱਸੇ ਨੇ ਜੀ ਠੀਕ ਹੈ ਜਿਹੜੇ ਚੇਨ ਜਿਹਨੇ ਸਕੂਲਾਂ ਦੀ ਚੇਨ ਵੀ ਹੁੰਦੀ ਨਾ ਜੀ ਹੋਟਲ ਚੇਨ ਸੁਣੋ ਆਪਾਂ ਦੁਕਾਨਾਂ ਵਾਲੀਆਂ ਕੱਪੜੇ ਵਾਲੀਆਂ ਚੇਨਜ਼ ਹੁੰਦੇ ਆਗੇ ਆਹ ਬ੍ਰਾਂਡ ਆ ਇੱਥੇ ਵੀ ਇੱਥੇ ਵੀ ਇੱਥੇ ਇਦਾਂ ਐਜੂਕੇਸ਼ਨ ਦੇ ਵੀ ਸਕੂਲ ਜਿਹੜੇ ਕਾਲਜ ਚੇਨ ਖੁੱਲ ਚੁੱਕੀ ਉੱਥੇ ਤੇ ਇਹਨਾਂ ਦਾ ਹਿੱਸੇ ਆ ਗਏ ਨੇ ਫਿਰ ਸਰਕਾਰੀ ਸਕੂਲਾਂ ਚ ਕੀ ਲੋਕੀ ਕਹਿੰਦੇ ਯਾਰ ਨਹੀਂ ਆ ਉਹ ਬੰਦਾ ਕਹਿੰਦਾ ਯਾਰ ਮੇਰਾ ਨਿਆਣਾ ਵੀ ਤਾਂ ਅੰਗਰੇਜ਼ੀ ਸਕੂਲ ਪੜ੍ਹ ਲੂਗਾ ਆਪਾਂ ਵੀ CBSE ਚ ਪਾਉਂਦੇ ਇੱਕ ਉਹ ਹਵਾ ਜਿਹਾ ਕ੍ਰੀਏਟ ਕਰਦਾ ਸਟੇਟਸ ਵੀ ਬਣ ਗਿਆ ਮੈਂ ਕਹੂੰਗਾ ਸਟੇਟਸ ਬਣ ਚੁੱਕਾ ਜੇ CBSE ਚ ICS ਬੋਰਡ ਚ ਉਹ ਸਟੇਟਸ ਆ ਪਰ ਸ ਬੋਰਡ ਨੂੰ ਸੋਚਣਾ ਪਊਗਾ ਕਿ ਕਿਉਂ ਜਿਹੜੇ CBSE ਪਿਛਲੇ 7 ਸਾਲਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਸਕੂਲ ਨੇ ਉਹਨਾਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਲੋ ਮਾਨਤਾ ਰੱਦ ਕਰਵਾ ਕੇ CBSE ਦੇ ਨਾਲ ਜੋੜ ਲਿਆ ਠੀਕ ਹੈ ਉਹ ਰਹੀ ਗੱਲ ਕੀ ਇਹਨਾਂ ਦੀ ਫੀਸਾਂ ਜ਼ਿਆਦਾ ਦੀ ਰਿਲੇਸ਼ਨ ਫੀਸ ਜ਼ਿਆਦਾ ਕਿ ਜਦ CBSE ਪਰ ਸਵਾਲ ਹੈ ਕਿ ਐਜੂਕੇਸ਼ਨ ਬੋਰਡ ਦਾ ਆਪਣਾ ਦੇਖੋ ਪੰਜਾਬ ਸਰਕਾਰ ਜਦੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਣਾਂ ਨੇ ਬੜੀ ਮਨਛਾਹ ਤੋਂ ਉਹਨਾਂ ਦੀ ਵਧੀਆ ਸੀ ਹਰ ਸਟੇ ਸੂਬੇ ਜਿਲ੍ਹੇ ਦੇ ਵਿੱਚ ਉਹਨਾਂ ਇੱਕ ਮੈਰਿਟੋਰੀਅ ਸਕੂਲ ਖੋਲੇ ਆਗੇ ਨੇ ਕਿ ਜਿਹੜੇ 10ਵੀਂ ਜਿਨ੍ਹਾਂ ਨੇ ਸਰਕਾਰੀ ਸਕੂਲਾਂ ਚੋਂ ਪਾਸ ਕੀਤੀ ਹੋਗੀ 80% ਦੀ ਉਹਨੂੰ ਅਸੀਂ ਪਲੱਸ 1 ਪਲੱਸ 2 ਫ੍ਰੀ ਕਰਾਵਾਂਗੇ ਰਹਿਣਾ ਸਹਿਣਾ ਖਾਣਾ ਪੀਣਾ ਨਹਾਉਣਾ ਧੋਣਾ ਇੱਥੋਂ ਤੱਕ ਕਿ ਸਾਬਣ ਵੀ ਸਰਕਾਰ ਨੇ ਦੇਣੇ ਨੇ ਪਰ ਉਦੋਂ ਸਰਕਾਰ ਇੱਕ ਗਲਤੀ ਕਰ ਗਈ ਜਾਂ ਅਫਸਰਾਂ ਨੇ ਨਹੀਂ ਦੱਸਿਆਗਾ ਅਸੀਂ ਉਹ ਜਿਹੜੇ ਮੈਰਿਟੋਰੀਅ ਸਕੂਲ ਹੈ ਸਰਕਾਰ ਨੇ ਕੋਈ ਆਪਣਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਜ਼ਰਅੰਦਾਜ਼ ਕਰਕੇ CBSE ਦੇ ਨਾਲ ਕਰ ਦਿੱਤਾਗਾ ਕਿੱਡਾ ਸਰਕਾਰ ਨੂੰ ਆਪਣੇ ਬੋਰਡ ਤੇ ਭਰੋਸਾ ਨਹੀਂ ਸੀ ਚੰਗੇ ਅਫਸਰ ਹੁੰਦੇ ਬਾਦਰ ਸਾਹਿਬ ਦੀ ਤਾਂ ਨੀਅਤ ਠੀਕ ਆ ਲੇਕਿਨ ਬਾਦਰ ਸਾਹਿਬ ਨੂੰ ਜਿਹੜੇ ਅਫਸਰ ਕਹਿੰਨਗੇ ਨਹੀਂ ਜੀ ਆਪਾਂ ਇੱਕ ਸਟੈਂਡਰਡ ਆਪਾਂ ਇਹਦਾ ਸੀਬੀਐਸਸੀ ਨਾ ਕਰਦੇ ਅਗਲੇ ਜਿਹੜੇ ਪ੍ਰਾਈਵੇਟ ਸਕੂਲ ਵਾਲੇ ਕਹਿੰਦੇ ਜਾਂ ਇਹਨਾਂ ਤੇ ਮੈਰੀਟੋਰੀਅਸ ਸਕੂਲ ਆ ਜਿਹੜੇ ਸਾਡੇ ਪਬਲਿਕ ਸਕੂਲਾਂ ਤੋਂ ਉੱਪਰ ਨੇ ਉਥੇ ਵੈਲ ਕੁਆਲੀਫਾਈਡ ਟੀਚਰ ਨੇ ਬੱਚੇ ਰਿਜ਼ਲਟ ਆ ਉਥੋਂ ਹਰ ਇੱਕ ਮੈਰੀਟੋਰੀਅਸ ਸਕੂਲ ਚੋਂ ਬੱਚੇ ਬਹੁਤ ਸਾਰੇ ਪੀਐਮਟੀ ਔਰ ਸੀਏਟੀ ਕਲੀਅਰ ਕੀਤੀ ਉਹਨਾਂ ਨੇ ਜੇ ਹੀ ਮੇਨ ਔਰ ਜੇ ਹੀ ਐਡਵਾਂਸ ਕੀਤੀ ਆ ਠੀਕ ਹੈ ਜੇ ਉਹ ਜਿਹੜਾ ਮੈਰਿਟੋਰੀਅਸ ਸਕੂਲ ਜੇ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨਾਲ ਅਟੈਚ ਕਰਨ ਦੀ بجائے ਅਸੀਂ CBSE CBSE ਕੋਲ ਮਾਨਤਾ ਲਈ ਹੈ ਤੇ ਲਾਜ਼ਮੀ ਤੌਰ ਤੇ ਜਿਹੜੇ ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲ ਨੇ ਪਬਲਿਕ ਸਕੂਲ ਕਨਵਰਟ ਸਕੂਲ ਕਨਵਰਟਡ ਸ਼ੈਡੋ ਦੇ ICSE ਬੋਰਡ ਦੇ ਨਾਲ ਜਿਹੜੇ ਦੂਜੇ ਪਬਲਿਕ ਸਕੂਲ ਨੇ ਉਹ ਤੇ ਫਿਰ CBSE ਨਾਲ ਜਾਣਗੇ ਜਾਣਗੇ ਹਾਲਾਂਕਿ ਸਰਕਾਰੀ ਐਜੂਕੇਸ਼ਨ ਬੜੀ ਸਸਤੀ ਆ ਵਧੀਆ ਕਾਬਲ ਟੀਚਰ ਨੇ ਪਬਲਿਕ ਸਕੂਲਾਂ ਦੇ ਵਿੱਚ ਤੇ ਇਡੇ ਕਾਬਲ ਟੀਚਰ ਨਹੀਂ ਬਹੁ ਘੱਟ ਨੇ ਇੱਥੇ ਤੇ ਸਾਰੇ ਆ ਕੋਈ ਬੀਏ ਡਾ ਕੋਈ ਐਮਏ ਐਮਏ ਐਮਐਡਾ ਕੋਈ ਚੰਗੀਆਂ ਉਹਨਾਂ ਦੀ ਡਿਗਰੀਆਂ ਨੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਦੇ ਸਿੰਪਲ ਆਏ ਹੁੰਦੇ ਨੇ ਕੋਈ ਡਿਗਰੀਆਂ ਵੀ ਨਹੀਂ ਹੁੰਦੀਆਂ ਜੇ ਚੰਗੀ ਕਿਸੇ ਨੇ ਮਾਸਟਰ ਕੀਤੀ ਤੇ ਚੰਗੀ ਕਿਸੇ ਨੇ ਗ੍ਰੈਜੂਏਟ ਕੀਤੀ ਉਹ ਵੀ ਲੱਗ ਜਾਂਦਾ ਪਰ ਇੱਥੇ ਤੇ ਪੂਰੇ ਮਾਪਦੰਡ ਨੇ ਟੈਸਟ ਹੁੰਦੇ ਨੇ ਬੱਚਿਆਂ ਨੂੰ ਵੀ ਪੜ੍ਹਾਈ ਸਸਤੀ ਆ ਮਾਪਿਆਂ ਨੂੰ ਵੀ ਖਰਚੇ ਘੱਟ ਇੱਧਰ ਕੀ ਹੈ ਸਾਲ ਦੇ ਵਿੱਚ ਤੁਹਾਡੇ ਇੰਨੇ ਖਰਚੇ ਹੋ ਜਾਂਦੇ ਨੇ ਕਦੀ ਆਹ ਡੇ ਆ ਗਿਆ ਕਦੀ ਫਲਾਨਾ ਡੇ ਆ ਗਿਆ ਕਦੀ ਢਿੰਗੜਾ ਡੇ ਆ ਗਿਆ ਬੱਚਿਆਂ ਦੇ ਕੰਪੀਟੀਸ਼ਨ ਹੋ ਜਾਂਦੇ ਡਰੈਸ ਤੇ ਖਰਚੇ ਹੋ ਜਾਂਦੇ ਨੇ ਕਿਤਾਬਾਂ ਸੀਬੀਐਸਸੀ ਬੋਰਡ ਤੋਂ ਇਲਾਵਾ ਕਈ ਮਹਿੰਗੀਆਂ ਮਹਿੰਗੀਆਂ ਕਿਤਾਬਾਂ ਇੱਕ ਤੇ ਕਿਉਂ ਨਹੀਂ CBSE ਬੋਰਡ ਦੇ ਵਿੱਚ ਕਿਉਂ ਨਹੀਂ NCERT ਦੀਆਂ ਕਿਤਾਬਾਂ ਲੱਗਦੀਆਂ ਮੰਨ ਲਓ ਇੱਕ ਮੈਥ ਦੀ NCERT ਦੀ 80 ਰੁਪਏ ਦੀ ਬੁੱਕ ਲੱਗੀ ਨਾਲ ਇੱਕ ਇੱਕ ਹੋਰ ਕਿਤਾਬ ਪ੍ਰਾਈਵੇਟ ਪਬਲਿਸ਼ਰ ਦੀ ਲਾ ਦੇਂਦੇ ਉਹ 3-400 ਰੁਪਏ ਦੀ ਹੁੰਦੀ ਹੈ ਮਾਪਿਆਂ ਨੂੰ ਪਤਾ ਵੀ ਗਿਆ ਇੱਥੇ ਬਲੂੜਾ ਖਰਚਾ ਕਨਵਰਟ ਸਕੂਲਾਂ ਦੇ ਵਿੱਚ ਜਾਂ ਪਬਲਿਕ ਸਕੂਲਾਂ ਚ ਪਰ ਉਹ ਮਜਬੂਰੀ ਵਾਸਤੇ ਨੇ ਉਹਨਾਂ ਨੂੰ ਜੇਕਰ ਸਰਕਾਰ ਚੰਗੀ ਐਜੂਕੇਸ਼ਨ ਦੇਵੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਤੇ ਕੌਣ ਕਿਨੂੰ ਕੀ ਲੋੜ ਆ ਜਦੋਂ ਇੱਥੇ ਮਾਸਟਰ ਕਾਬਿਲ ਬੈਠੇ ਨੇ ਟੀਚਰ ਕਾਬਿਲ ਨੇ ਪਰ ਇਹ ਸਰਕਾਰ ਨੂੰ ਹੁਣ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਸੋਚਣਾ ਪਊਗਾ ਹਰਜੋਤ ਸਿੰਘ ਬੈਂਸ ਨੂੰ ਸੋਚਣਾ ਪਊਗਾ ਹਾਲਾਂਕਿ ਇਹ ਕੀ ਕਹਿ ਰਹੇ ਨੇ ਕਿ ਅਸੀਂ 100 ਤੋਂ ਜ਼ਿਆਦਾ ਪਹਿਲੇ ਸਾਲ ਦੇ ਵਿੱਚ ਐਮਿਨੈਂਸ ਆਫ ਸਕੂਲ ਬਣਾਉਣੇ ਤੇ ਪੂਰਾ ਇਨਫਰਾਸਟ੍ਰਕਚਰ ਜੀ ਠੀਕ ਹੈ ਟੀਚਰ ਪੂਰੇ ਲੈਬਾਰਟਰੀਆਂ ਪੂਰੀਆਂ ਚਾਹੀਦੀਆਂ ਮੈਡੀਕਲ ਚਾਹੀ ਨਾਨ ਮੈਡੀਕਲ ਦੀ ਸਾਰਾ ਕੁਝ ਪੂਰਾ ਹੋਣਾ ਚਾਹੀਦਾ ਹੈਗਾ ਪਰ ਉਸ ਤੋਂ ਪਹਿਲਾਂ ਤੁਸੀਂ ਆਪਣੇ ਉਹ ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਵੇਖੋ ਨਾ ਕਿਉਂ ਕਿਉਂ ਮੋਹ ਭੰਗ ਹੋਇਆ ਕਿਉਂ ਲੋਕੀ ਨਾਤਾ ਤੋੜ ਰਿਹਾ ਹੈ ਕਿ ਇਹ ਸਾਰੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਵੀ ਕੀ ਜਿਹੜੇ ਸੀਬੀਐਸਸੀ ਦੇ ਜਿਹੜੇ ਰੂਲ ਨੇ ਨਿਜ਼ਮ ਨੇ ਉਹ ਲਚਕੀਲੇ ਨੇ ਤੁਹਾਡੇ ਜਿਆਦਾ ਸਖਤ ਨੇ ਉਹਨਾਂ ਦੀਆਂ ਫੀਸਾਂ ਘੱਟ ਨੇ ਤੇ ਤੁਹਾਡੀਆਂ ਜਾਦੀਆਂ ਨੇ ਜੇ ਸੀਬੀਐਸਸੀ ਬੋਰਡ ਦੇ ਨਾਲ ਮਾਨਤਾ ਪ੍ਰਾਪਤ ਲੈਣ ਵਾਸਤੇ ਫੀਸਾਂ ਘਟ ਨੇ ਉਹਨੇ ਜਿਹੜੇ ਪ੍ਰਾਈਵੇਟ ਪਬਲਿਕ ਸਕੂਲ ਆ ਉਹ ਨਿਆਣਿਆਂ ਦਾ ਨਿਆਣਿਆਂ ਦਾ ਤੇ ਮਾਪਿਆਂ ਦਾ ਖਜੂਮਰ ਕਰਦੇ ਇੰਨੀਆਂ ਫੀਸਾਂ ਜਿਆਦੀਆਂ ਲੈਂਦੇ ਇੱਧਰ ਕੀ ਹੋ ਰਿਹਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਪ੍ਰਾਈਵੇਟ ਸਕੂਲਾਂ ਕੋਲ ਜਾਦੇ ਪੈਸੇ ਲੈ ਰਹੇ ਨੇ ਪਰ ਬੱਚਿਆਂ ਦੀ ਫੀਸਾਂ ਘਟ ਨੇ ਜੀ ਇਹ ਵਜਾ ਪਰ ਹੁਣ ਦੇਖੋ ਹਰ ਇੱਕ ਮਾਪੇ ਮਾਪੇ ਵੀ ਚਾਹੁੰਦੇ ਨੇ ਕਿ ਸਾਡਾ ਬੱਚਾ ਸੀਬੀਐਸਸੀ ਸਕੂਲ ਚੋਂ ਹੀ ਪੜੇ ਕਿਉਂ ਪੜੇ ਅਗੇ ਇਹਨਾਂ ਉਹਨਾਂ ਦਾ ਸੀਬੀਐਸਸੀ ਦਾ ਰੋਲਾ ਨਹੀਂ ਆ ਪ੍ਰਾਈਵੇਟ ਸਕੂਲਾਂ ਦਾ ਰੋਲਾ ਨਹੀਂ ਆ ਮੰਤਨ ਤੇ ਇਹਨਾਂ ਨੂੰ ਕਰਨਾ ਪੈਣਾ ਪੰਜਾਬ ਸਰਕਾਰ ਨੂੰ ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਕਿ ਸਾਡਾ ਜਿਹੜਾ ਵजूद ਆ ਔਕਾਤ ਆ ਕਿਉਂ ਡਾਊਨ ਗਈ ਹੈ ਸਾਡੇ ਤੇ ਕਿਉਂ ਲੋਕਾਂ ਦਾ ਵਿਸ਼ਵਾਸ ਟੁੱਟਦਾ ਜਾ ਰਿਹਾ ਹੈਗਾ ਜੀ ਬਹੁਤ ਸ਼ੁਕਰੀਆ ਧੰਨਵਾਦ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਸਕੂਲੀ ਸਿੱਖਿਆ ਤੇ ਪ੍ਰਬੰਧ ਦੇ ਬਾਰੇ ਅਸੀਂ ਚਰਚਾ ਕੀਤੀ ਹੈ ਤੁਸੀਂ ਕੀ ਸੋਚਦੇ ਹੋ ਕੀ ਸਮਝਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ ਸਾਨੂੰ ਦੁਆਗਿਆ ਧੰਨਵਾਦ